ਸੋ ਆਪਾਂ ਹੁਣ ਪਵਿੱਤਰ ਵਚਨ ਨੂੰ ਸੁਣਨ ਦੇ ਲਈ ਜਾ ਰਹੇ ਹਾਂ। ਹਰ ਇੱਕ ਨੇ ਆਪਣਾ ਮਨ ਖੁਦਾ ਦੇ ਵਚਨ ਦੇ ਵੱਲ ਲਗਾਉਣਾ ਹੈ। ਖਾਸ ਕਰਕੇ ਜੋ ਭੈਣ ਭਰਾ ਬਾਹਰ ਘੁੰਮ ਰਹੇ ਹਨ, ਪਲੀਜ਼ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣੇ ਸਥਾਨ ਦੇ ਉੱਤੇ ਬੈਠ ਜਾਣ, ਹੋਰ ਵੀ ਚੇਅਰ ਬਾਹਰ ਪਹੁੰਚਾ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਇੱਧਰ ਉੱਧਰ ਨਾ ਘੁੰਮੇ, ਕਿਉਂਕਿ ਆਪਾਂ ਖੁਦਾ ਦਾ ਵਚਨ ਨੂੰ ਸੁਣਨ ਦੇ ਲਈ ਹੀ ਉਸਦੇ ਘਰ ਦੇ ਵਿੱਚ ਇੰਨੀ ਦੂਰ ਤੱਕ ਚੱਲ ਕੇ ਆਏ ਹਾਂ। ਔਰ ਅਗਰ ਅਸੀਂ ਜੀਵਨ ਦੀਆਂ ਗੱਲਾਂ ਨੂੰ ਸੁਣਿਆ ਹੀ ਨਾ ਤੇ ਫਿਰ ਸਾਡਾ ਇੱਥੇ ਤੱਕ ਪਹੁੰਚ, ਹਾਲੇਲੂਯਾ, ਕਿਉਂਕਿ ਖੁਦਾ ਦਾ ਵਚਨ ਜੋ ਹੈ ਉਹ ਸਾਡੇ ਲਈ ਜੀਵਨ ਹੈ, ਉਹ ਸਾਡੀ ਆਤਮਾ ਦੇ ਲਈ ਰੋਟੀ ਹੈ। ਜਿਸ ਤਰ੍ਹਾਂ ਵਚਨ ਚ ਲਿਖਿਆ ਕਿ ਹਰ ਇਨਸਾਨ ਜੋ ਰੋਟੀ ਦੇ ਨਾਲ ਨਹੀਂ ਬਲਕਿ ਹਰ ਇੱਕ ਉਸ ਵਾਕ ਦੇ ਨਾਲ, ਉਸ ਸ਼ਬਦ ਦੇ ਨਾਲ ਜੋ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਉਸਦੇ ਨਾਲ ਜਿਉਂਦਾ ਰਹਿੰਦਾ ਹੈ। ਹਾਲੇਲੂਯਾ। ਸੋ ਸਭ ਨੇ ਧਿਆਨ ਦੇ ਨਾਲ ਵਚਨਾਂ ਨੂੰ ਸੁਣਨਾ ਹੈ। ਜਦ ਖੁਦਾ ਦੇ ਦਾਸ ਤੁਹਾਡੇ ਲਈ ਅੱਜ ਦਾ ਵਚਨ ਲੈ ਕੇ ਆਏ ਹਨ ਔਰ ਆਪਣਾ ਮਨ ਆਪਣਾ ਕੰਨ ਸਿਰਫ ਵਚਨ ਦੀ ਵੱਲ ਹੀ ਲਗਾਉਣਾ ਹੈ। ਹਾਲੇਲੂਯਾ। ਸੋ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ, ਇੱਕ ਮਨ ਹੋ ਕੇ ਖੁਦਾ ਦੇ ਕੋਲੋਂ ਉਸ ਆਤਮਿਕ ਸਮਝ ਨੂੰ ਮੰਗਾਂਗੇ ਤਾਂ ਕਿ ਜੋ ਵੀ ਖੁਦਾ ਦੇ ਦਾਸ ਸ਼ਬਦਾਂ ਨੂੰ ਡਿਕਲੇਅਰ ਕਰਨ ਬੋਲਣ, ਉਹ ਸਭ ਤੇਰੀ ਬਰਕਤ ਦਾ ਕਾਰਨ ਠਹਿਰੇ। ਹਾਲੇਲੂਯਾ। ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਖੁਦਾਵੰਦ ਖੁਦਾ, ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਤੇ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਸਬਤ ਵਾਲੇ ਦਿਨ ਦੇ ਲਈ ਜੋ ਸਾਨੂੰ ਸਭ ਨੂੰ ਆਪਣੇ ਘਰ ਦੇ ਵਿੱਚ ਇਕੱਠਿਆ ਕੀਤਾ, ਮਿਲ ਕੇ ਤੇਰੇ ਨਾਂ ਨੂੰ ਜਲਾਲ ਦੇ ਸਕੀਏ। ਖੁਦਾ ਤੁਹਾਡੀ ਹਜ਼ੂਰੀ, ਤੁਹਾਡੀ ਉਪਸਥਿਤੀ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ। ਅੱਛੇ ਗੀਤਾਂ ਭਜਨਾਂ ਸਤੂਰਾਂ ਦੇ ਲਈ ਜੋ ਤੁਹਾਡੀ ਮਹਿਮਾ ਦੇ ਲਈ ਗਾਏ ਗਏ ਹਨ, ਸਭ ਤੁਹਾਡੇ ਘਰ ਦੇ ਵਿੱਚ ਸਾਨੂੰ ਪਸੰਦ ਹੋਣ। ਵਰਸ਼ਿਪ ਦੇ ਦਰਮਿਆਨ ਤੇਰੇ ਆਤਮਾ ਨੇ ਖੁਦਾ ਹਰ ਇੱਕ ਨੂੰ ਛੂਹਿਆ ਹੈ, ਬਿਮਾਰਾਂ ਨੂੰ ਚੰਗੀਆਂ ਕੀਤਾ ਹੈ, ਬੰਧਨਾਂ ਨੂੰ ਤੋੜਿਆ ਹੈ। ਜੋ ਤੁਸੀਂ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ ਹੈ, ਚੰਗਿਆਈ ਦਿੱਤੀ ਹੈ, ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਜਿਵੇਂ ਜਨ ਪਰਮੇਸ਼ਵਰ ਤੁਹਾਡੀ ਉਪਸਥਿਤੀ ਦੇ ਵਿੱਚ ਹਾਜ਼ਰ ਹਨ, ਤੁਹਾਡੀ ਨਜ਼ਰ ਹਰ ਇੱਕ ਦੇ ਉੱਪਰ ਹੈ ਪਿਤਾ, ਤੁਸੀਂ ਹਰ ਇੱਕ ਜਨ ਨੂੰ ਦੇਖ ਰਹੇ ਹੋ ਜੋ ਤੇਰੇ ਇਸ ਪਵਨ ਤੱਕ, ਜੀਸਸ ਕ੍ਰਾਈਸਟ ਕ੍ਰਿਸਤੀ ਤੱਕ ਪਹੁੰਚਿਆ ਹੈ, ਹਰ ਇੱਕ ਤੇ ਤੁਹਾਡਾ ਅਨੁਗ੍ਰਹਿ ਫਜ਼ਲ ਨੂੰ ਚਾਹੁੰਦੇ ਆ ਪਰਮੇਸ਼ਵਰ ਪਿਤਾ। ਖੁਦਾ ਬਾਪੂ, ਹੁਣ ਸਮਾਂ ਹੈ ਤੁਹਾਡੇ ਮੂੰਹ ਦੀਆਂ ਗੱਲਾਂ ਨੂੰ ਸੁਣੀਏ, ਤੁਹਾਡੇ ਸੇਵਕ ਨੂੰ ਤੁਹਾਡੇ ਲਹੂ ਦੇ ਅੰਦਰ ਕਵਰ ਕਰ ਦਿੰਦੇ ਹਾਂ, ਆਪਣੇ ਦਾਸ ਨੂੰ ਬਹੁਤ ਆਇਤ ਨਾਲ ਇਸਤੇਮਾਲ ਕਰਨਾ। ਅੱਜ ਦਾ ਵਚਨ ਸਭ ਜ਼ਿੰਦਗੀਆਂ ਦੇ ਲਈ ਆਸ਼ੀਸ਼ ਦਾ ਔਰ ਛੁਟਕਾਰੇ ਦਾ ਕਾਰਨ ਠਹਿਰੇ। ਅੱਜ ਪਰਮੇਸ਼ਵਰ ਤੁਹਾਡਾ ਸੇਵਕ ਨਹੀਂ ਬਲਕਿ ਤੁਹਾਡਾ ਪਵਿੱਤਰ ਆਤਮਾ ਦੇ ਲੋਕਾਂ ਦੇ ਨਾਲ ਗੱਲਬਾਤ ਕਰੇ। ਅੱਜ ਇਸ ਜਗ੍ਹਾ ਦੇ ਉੱਤੇ ਹਰ ਇੱਕ ਜਨ ਦਾ ਆਉਣਾ ਪ੍ਰਭੂ ਛੁਟਕਾਰੇ ਦਾ ਔਰ ਆਸ਼ੀਸ਼ ਦਾ ਕਾਰਨ ਹੋ, ਬੰਦਗੀ ਦਾ ਬਕਾਇਆ ਹਿੱਸਾ ਵੀ ਤੁਹਾਡੇ ਹੱਥ ਵਿੱਚ ਆਪਣੀ ਅਗਵਾਈ ਦੇ ਵਿੱਚ ਰੱਖ। ਜ਼ਿੰਦਾ ਖੁਦਾ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ ਦੁਆਰੋ ਬਣ ਗਏ। ਆਮੀਨ। ਹਾਲੇਲੂਯਾ, ਹਾਲੇਲੂਯਾ। ਆਓ ਅਸੀਂ ਤਾੜੀਆਂ ਦੇ ਨਾਲ ਖੁਦਾ ਦੇ ਨਾਮ ਦਾ ਸਵਾਗਤ ਕਰਾਂਗੇ। ਬੋਲ ਹਾਲੇਲੂਯਾ। ਖੁਦਾਵੰਦ ਦੀ ਪਾਕ ਹਜ਼ੂਰੀ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਔਰ ਯਿਸੂ ਨਾਜ਼ਰੀ ਤੁਹਾਨੂੰ ਸਭ ਨੂੰ ਬਰਕਤ ਦੇਵੇ। ਤੇਰਾ ਘਰਾਨਾ ਬਲੇਸੇ ਸੁਣਾਉਂਦੇ, ਤੇਰਾ ਘਰਾਨਾ ਬਲੇਸੇ ਸੁਣਾਉਂਦੇ, ਤੇਰਾ ਘਰਾਨਾ ਬਲੇਸੇ ਸੁਣਾਉਂਦੇ। ਹਾਲੇਲੂਯਾ। ਅੱਜ ਦਾ ਵਚਨ ਮੇਰੇ ਲਈ ਹੈ, ਅੱਜ ਦਾ ਵਚਨ ਸੱਚਮੁੱਚ ਮੇਰੇ ਵੱਡੇ ਛੁਟਕਾਰੇ ਦੇ ਲਈ ਹੈ। ਜੋ ਇਸ ਤਰ੍ਹਾਂ ਬੋਲਣਗੇ ਡਿਕਲੇਅਰ ਕਰਨੇ ਵਾਲੇ ਵਾਸਤੇ ਵੱਡਾ ਛੁਟਕਾਰਾ ਹੋਏ ਵਿੱਚ ਜੋ ਬੋਲਣਗੇ ਮੰਗਾ ਚਾਵਾਸ। ਅੱਜ ਦਾ ਵਚਨ ਮੇਰੇ ਲਈ ਹੈ, ਅੱਜ ਦਾ ਵਚਨ ਮੇਰੇ ਲਈ ਹੈ, ਅੱਜ ਦਾ ਵਚਨ ਮੇਰੇ ਵੱਡੇ ਛੁਟਕਾਰੇ ਲਈ ਹੈ, ਅੱਜ ਦਾ ਵਚਨ ਮੇਰੇ ਵੱਡੀ ਬਲੇਸਿੰਗ ਲਈ ਹੈ। ਯਿਸੂ ਮਸੀਹ ਦਾ ਜਿਹੜਾ ਸਾਮਰਥੀ ਨਾਮ ਹੈ, ਯਿਸੂ ਮਸੀਹ ਦੇ ਜ਼ਿੰਦਾ ਸਾਮਰਥੀ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ।
ਆਵਾਜ਼ ਨਹੀਂ ਮੈਨੂੰ ਤੁਹਾਡੀ ਆ ਰਹੀ, ਜਿਹੜੇ ਬਾਹਰ ਭਾਈ ਘੁੰਮ ਰਹੇ ਜਦੋਂ ਉਹਨਾਂ ਨੂੰ ਸਮਝਾਉਣ ਲੱਗੇ ਸ਼ਾਮਾ ਛਪਣਾ ਜਾਓ ਸ਼ੁਰੂ ਕਰ ਦਿੱਤੀ ਹੈ, ਕਿੰਨੇ ਦਿਨ ਸ਼ੁਰੂ ਕਰਨੀ, ਕਿੰਨਿਆਂ ਨੂੰ ਪਤਾ ਤੇ ਕਿੰਨਿਆਂ ਨੂੰ ਨਹੀਂ ਪਤਾ। 40 ਦਿਨ ਦੀ ਜਿਹੜੀ 3 ਘੰਟੇ ਦੀ ਪ੍ਰਾਰਥਨਾ ਆ ਉਹ ਸ਼ੁਰੂ ਹੋ ਚੁੱਕੀ ਆ ਬੁੱਧਵਾਰ ਤੋਂ। ਹਾਲੇ ਹਰ ਇੱਕ ਪਰਿਵਾਰ ਦੇ ਮੈਂਬਰ ਨੇ ਪਰ ਹੈਡ ਦੇ ਹਿਸਾਬ ਨਾਲ 24 ਘੰਟਿਆਂ ਚ 3 ਘੰਟੇ ਦੀ ਕਰਨੀ ਆ, ਚਾਹੇ ਹਸਬੈਂਡ ਕੰਮ ਕਰਦਾ ਹੈ, ਚਾਹੇ ਵਾਈਫ ਜੋਬ ਕਰਦੀ ਹੈ, ਚਾਹੇ ਭੈਣ ਘਰ ਦਾ ਕੰਮ ਕਰਦੀ ਹੈ, ਚਾਹੇ ਬੱਚੇ ਸਕੂਲ ਜਾ ਰਹੇ ਆ, ਸਭ ਨੇ ਵੀ ਕਰਨੀ ਆ। ਪਰ ਹੈਡ ਦੇ ਹਿਸਾਬ ਨਾਲ ਆਪਣੀ ਆਪਣੀ 3 ਘੰਟੇ ਪ੍ਰਾਰਥਨਾ ਕਰਨੀ ਆ, ਵਚਨ ਪੜ੍ਹਨਾ ਹੈ ਔਰ ਪ੍ਰਾਰਥਨਾ ਕਰਨੀ। ਹਾਲੇਲੂਇਆ, ਹਾਲੇਲੂਇਆ। ਔਰ ਇਹ ਜਿਹੜਾ ਸਮਾਂ ਆ, ਇਹ ਸਾਰਾ ਸਮਾਂ ਜਿਹੜਾ ਆ ਉਹ 22 ਅਗਸਤ ਨੂੰ ਪੂਰਾ 40 ਦਿਨ ਜਿਹੜੇ ਆ ਉਹ 22 ਅਗਸਤ ਨੂੰ 40 ਦਿਨ ਪੂਰੇ ਹੋ ਜਾਣਗੇ। ਜੋ ਨੇ ਕੋਈ ਮੈਂ ਕਰਾਂਗੇ ਬੱਚੇ। ਹਾਲੇਲੂਇਆ। 21 ਦਿਨ ਦੀ ਫਾਸਟਿੰਗ ਪ੍ਰੇਅਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਔਰ ਬਹੁਤ ਸਾਰੀਆਂ ਵਿਕਟਸ ਹੋਈਆਂ ਅੱਜ ਕ੍ਰਿਸਮਸ ਦੇ ਨਾਮ ਵਿੱਚ। ਔਰ ਮੇਰਾ ਵਿਸ਼ਵਾਸ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਇਸ 40 ਦਿਨ ਦੀ ਪ੍ਰਾਰਥਨਾ ਵਿੱਚ ਪਰਮੇਸ਼ਰ ਤੁਹਾਡੀਆਂ ਜੀਵਨਾਂ 'ਚ ਬੰਧਨ ਤੋੜੇਗਾ, ਅਦਭੁਤ ਗਵਾਹੀਆਂ ਹੋਣਗੀਆਂ, ਤੁਸੀਂ ਆਤਮਾ ਵਿੱਚ ਗ੍ਰੋਥ ਕਰੋਗੇ, ਫਾਈਨੈਂਸ਼ੀਅਲ ਤੌਰ ਤੇ ਬਲੈਸ ਹੋਗੇ, ਫਿਜ਼ੀਕਲ ਤੌਰ ਤੇ ਤੁਸੀਂ ਚੰਗੇ ਹੋਗੇ ਯਿਸੂ ਮਸੀਹ ਦੇ ਨਾਮ ਵਿੱਚ। ਆਮੇਨ। ਹਾਲੇਲੂਇਆ। ਹੁਣ 40 ਦਿਨ ਦੀ ਪ੍ਰਾਰਥਨਾ ਆ, ਇਹ ਪ੍ਰਾਰਥਨਾ ਅਸੀਂ ਕਿੰਨਾ ਕਰ ਸਕਦੇ ਹਾਂ, ਇਹ ਪ੍ਰਾਰਥਨਾ ਵਿੱਚ ਅਸੀਂ ਕਿੰਨਾ ਵੱਧ ਸਕਦੇ ਹਾਂ। ਹਾਲੇਲੂਇਆ। ਪਰਮੇਸ਼ਰ ਸਾਡੀ ਕਿੱਦਾਂ ਸੁਣ ਸਕਦਾ ਹੈ। ਹਾਲੇਲੂਇਆ। ਅੱਜ ਕੁਛ ਕਾਰਨ ਮੈਂ ਦੱਸਾਂਗਾ ਕਿ ਅਸੀਂ ਕਿੱਦਾਂ ਪਰਮੇਸ਼ਰ ਵਿੱਚ ਵੱਧ ਸਕਦੇ ਹਾਂ। ਅਗਰ ਅਸੀਂ ਵਧਣਾ ਆ, ਕਿੰਨੇ ਚਾਹੁੰਦੇ ਅਸੀਂ ਵਧਣਾ। ਹਾਲੇਲੂਇਆ। ਮੈਂ ਕ੍ਰਾਂਤੀ ਪ੍ਰਚਾਰ ਕਰਦਾ ਸੀਗਾ, ਮੈਂ ਕਿਹਾ ਪਰਮੇਸ਼ਰ ਵਚਨ ਚ ਲਿਖਿਆ ਆ ਜਦੋਂ ਅਸੀਂ ਖੁਦਾ ਦੇ ਕਲਾਮ ਦੇ ਵਿੱਚ ਪੜ੍ਹਦੇ ਹਾਂ, ਮਰਕਸ ਇੰਜੀਲ 4 ਉਹ ਵੀ 8 ਪੜ੍ਹੀ ਸੀ ਮੈਂ, ਉਹਦੇ ਚ ਲਿਖਿਆ ਕੁਛ ਜਿਹੜਾ ਬੀਜ ਆ ਚੰਗੀ ਸੁਣੀ ਵਿੱਚ ਕੁਛ 30 ਗੁਣਾ, ਕੁਝ 60 ਗੁਣਾ ਔਰ ਕੁਝ 100 ਗੁਣਾ। ਹਾਲੇਲੂਇਆ, ਹਾਲੇਲੂਇਆ। ਇਹ 3 ਤਰ੍ਹਾਂ ਦਾ ਕੀ ਹੈ ਜੀ, ਬੀਜ ਆ ਜਿਹੜਾ ਪ੍ਰਤੀਫਲ ਹੈਗਾ, ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। ਹਾਲੇਲੂਇਆ। ਹੁਣ 30 ਵਾਲੇ ਆਪਾਂ ਦੇਖਦੇ ਹਾਂ, 30 ਵਾਲੇ ਜਿੰਨੇ ਵੀ ਆ, ਹਾਲੇਲੂਇਆ, 30 ਵਾਲੇ ਜਿੰਨੇ ਵੀ ਆ ਉਹ ਕੀ ਆ, ਉਹ 2.5 ਘੰਟੇ ਦਾ ਪ੍ਰਾਰਥਨਾ ਕਰਦੇ ਆ ਔਰ ਉਸ ਤੋਂ ਬਾਅਦ ਸਾਡੇ ਆਵਾਜ਼ ਨਹੀਂ ਆਉਂਦੀ ਬਾਰੇ ਮੈਨੂੰ ਕੋਈ, 2.5 ਘੰਟੇ ਪ੍ਰਾਰਥਨਾ ਕਰਦੇ ਤੇ ਸੰਡੇ ਚਰਚ ਜਾਂਦੇ ਆ। ਉਹਨਾਂ ਦਾ ਬਸ ਇਹ ਕੰਮ ਆ ਵੀ ਅਸੀਂ 30 ਗੁਣਾ ਰਹਿਣਾ, ਅਸੀਂ 30 ਦਾ ਲੈਵਲ ਕ੍ਰੋਸ ਨਹੀਂ ਕਰਨਾ। ਹਾਲੇਲੂਇਆ। ਜਿੱਦਾਂ ਕਿ ਪੌੜੀ ਆ, ਪੌੜੀ ਦੇ ਵਿੱਚ ਕੀ ਬਣੇ ਹੁੰਦੇ ਆ, ਹਾਂਜੀ ਕੀ ਬਣੇ ਹੁੰਦੇ ਆ, ਸਟੈਪ ਬਣੇ ਹੁੰਦੇ। ਹਾਲੇਲੂਇਆ। ਦੋ ਪਾਸੇ ਬਾਂਸ ਉਹਦੇ ਵਿੱਚ ਫੇਕ ਪੀਸ ਕਰਕੇ ਫਿੱਟ ਕੀਤਾ ਹੁੰਦਾ ਬਾਂਸ ਦਾ, ਤਾਂ ਕਿ ਉਹ ਸਟੈਪ ਬਣ ਜਾਵੇ, ਤਾਂ ਕਿ ਉੱਪਰ ਚੜ੍ਹਨਾ ਜਿਹੜਾ ਆ ਆਵਾਜ਼ ਨਹੀਂ ਆ ਰਹੀ, ਕੀ ਹੋ ਜਾਵੇ, ਕੀ ਹੋ ਜਾਵੇ, ਕੀ ਹੋ ਜਾਵੇ। ਅਗਰ ਅਸੀਂ ਸਵਰਗ ਨੂੰ ਜਾਣਾ ਆ ਤਾਂ ਸਾਡਾ ਨਿਸ਼ਾਨਾ ਵੀ ਸਵਰਗ ਵਾਲੇ ਹੋਣਾ ਚਾਹੀਦਾ। ਹਾਲੇਲੂਇਆ। ਤੇ ਉਹਦੇ ਵਾਸਤੇ ਵੀ ਸਾਨੂੰ ਪ੍ਰਾਰਥਨਾ ਬਹੁਤ 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 ਜ਼ਰੂਰੀ ਆ।
ਹਾਲੇਲੂਯਾ ਹੁਣ ਪੌੜੀ ਤਿਆਰ ਹੋ ਜਾਂਦੀ ਹੈ ਆਪਣਾ ਬੱਚਾ ਜਿਹੜਾ ਹੈ ਕੋਈ ਵੀ ਪੌੜੀ ਬੰਦਣ ਨੂੰ ਜਾਂਦਾ ਆ ਤੇ ਆਪਾਂ ਨੂੰ ਕੋਈ ਕਹਿੰਦੇ ਆ ਜੀ ਆਵਾਜ਼ ਨਹੀਂ ਆ ਰਹੀ ਛੋਟਾ ਬੱਚਾ ਆ ਉਹ ਪੌੜੀ ਬੰਦਣ ਨੂੰ ਜਾਂਦਾ ਆਪਾਂ ਨੂੰ ਕਹਿੰਦੇ ਆ ਪੌੜੀ ਦੇ ਨਾਂ ਚੜੀ ਤੂੰ ਡਿੱਗ ਪਊਗਾ ਪੌੜੀ ਬੱਲਾ ਆਵਾਜ਼ ਨਹੀਂ ਰਹੀ ਨਹੀਂ ਜਾਣਾ ਕਿਉਂਕਿ ਬੱਚਾ ਕੀ ਹੈ ਜੀ ਛੋਟਾ ਆ ਅੱਜ ਵੀ ਬਹੁਤ ਸਾਰੇ ਭੈਣ ਭਰਾ ਆ ਉਹ ਕੀ ਆ ਉਹ ਕੀ ਬੁਣਾਈਆਂ ਆਪਾਂ ਪੌੜੀ ਦੇ ਆਲੇ ਦੁਆਲੇ ਨੂੰ ਮਿਲਣ ਦੇ ਉਹ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ ਲੇਕਿਨ ਕੁਛ ਜਿਹੜੇ ਆ ਆਲੇ ਲੁਆ ਜਿਹੜੇ ਚਾਰ ਘੰਟੇ ਪ੍ਰਾਰਥਨਾ ਕਰਦੇ ਆ ਔਰ ਸੰਡੇ ਨੂੰ ਚਰਚ ਵਿੱਚ ਆਉਂਦੇਗਾ ਔਰ ਆ ਕੇ ਪ੍ਰਭੂ ਦਾ ਬਹੁਤ ਸਾਰੇ ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਉਂਦੇ ਆ ਉਹ ਕਿੰਨੀ ਕੈਟਾਗਰੀ ਦੇ ਵਿੱਚ ਹੈ ਜੀ 60 ਗੁਣਾ ਦੇ ਵਿੱਚ ਆ ਰਹੇ ਆ ਹੁਣ ਜਿਹੜੇ 30 ਵਾਲੇ ਆ ਉਹਨੂੰ ਖਾਸ ਗੁਜ਼ਾਰਿਸ਼ ਆ ਇਹ 40 ਦਿਨਾਂ ਦੇ ਅੰਦਰ ਅੰਦਰ ਤੁਸੀਂ ਇੰਨੇ ਕੀ ਪ੍ਰਾਰਥਨਾ ਕਰਨੀ ਆ ਕਿ ਤੁਸੀਂ 30 ਦੇ ਲੈਵਲ ਨੂੰ ਛੱਡ ਕੇ ਅਗਲੇ ਨੈਕਸਟ ਸਟੈਪ ਦੇ ਵਿੱਚ ਆਤਮਾ ਦੇ ਨੈਕਸਟ ਸਟੈਪ ਦੇ ਵਿੱਚ ਤੁਸੀਂ ਕੀ ਕਰਨਾ ਜੀ ਤੁਸੀਂ ਕੀ ਕਰਨਾ ਜੀ ਤੁਸੀਂ ਕੀ ਕਰਨਾ ਜੀ ਵਧਣਾ ਆ ਹਾਲੇਲੂਯਾ ਹੁਣ ਅਸੀਂ ਪੌੜੀ ਦੇ ਆਲੇ ਦੁਆਲੇ ਘੁੰਮਣ ਵਾਲੇ 30 ਗੁਣਾ ਵਾਲੇ ਪਰਮੇਸ਼ਵਰ ਬੋਲਦੇ ਆ ਕਿ ਖੁਦਾਵੰਦ ਕਹਿੰਦੇ ਨੇ ਕਿ ਮੇਰੇ ਪਿਤਾ ਦੀ ਇਸੇ ਤੋਂ ਵਡਾਈ ਆ ਕਿ ਤੁਸੀਂ ਜਿਹੜੇ ਸੱਠ ਵਾਲੇ ਆ ਪ੍ਰਭੂ ਉਹਨਾਂ ਨੂੰ ਵੀ ਕਹਿੰਦਾ ਆ ਕਿ ਤੁਸੀਂ ਕੀ ਹੋ ਜਾਓ ਹੁਣ ਤੁਸੀਂ ਕੀ ਹੋ ਜਾਓ ਇਸ ਕਰਕੇ ਬਹੁਤ ਸਾਡੇ ਭੈਣ ਭਰਾ ਆ ਉਹਨੀ ਮਿਹਨਤ ਆ ਉਹ ਓਨੀ ਵੀ ਕਰਦੇ ਆ ਪੈਸਾ ਰੋਟੀ ਪਾਣੀ ਖਾਣਾ ਤੇ ਰੋਟੀ ਪਾਣੀ ਖਾ ਕੇ ਜ਼ਿਆਦਾ ਨੀ ਕੁਛ ਵੀ ਕਰਨਾ ਨਾ ਕੁਛ ਮੈਂ ਕਹਿੰਦਾ ਨਾ ਕੁਛ ਬਣਾਉਣਾ ਲੇਕਿਨ ਉਹਨਾਂ ਦਾ ਬੱਚਾ ਦਾ ਫਿਊਚਰ ਆ ਉਹ ਖਰਾਬ ਆ ਭੁੱਖ ਖਰਾਬ ਹੋ ਜਾਂਦਾ ਇਸ ਕਰਕੇ ਅਸੀਂ 30 ਦੇ ਲੈਵਲ ਨੂੰ ਹੁਣ ਕੀ ਕਰਨਾ ਜੀ ਇਹ 40 ਦਿਨਾਂ ਚ ਪ੍ਰਾਰਥਨਾ ਕਰਕੇ ਕੀ ਕਰਨਾ ਜੀ ਕਿੱਥੇ ਲੈ ਕੇ ਆਉਣਾ 60 ਤੇ 100 ਤੇ ਇਹ ਤੁਹਾਡੇ ਹੱਥ ਵਿੱਚ ਆ ਹੁਣ 100 ਵਾਲੇ ਕਿਹੜੇ ਆ ਹਾਲੇਲੂਯਾ 100 ਵਾਲੇ ਅਗਰ ਕਿੰਨੇ ਚਾਹੁੰਦੇ 100 ਦੇ ਲੈਵਲ ਤੇ ਕਰਨਾ 100 ਗੁਣਾ ਆਸ਼ੀਸ਼ ਕਿੰਨੇ ਚਾਹੁੰਦੇ ਸਾਨੂੰ 100 ਗੁਣਾ ਆਸ਼ੀਸ਼ ਪੁੱਛੋ ਨੂੰ 30 ਗੁਣਾ ਆ ਕਿਸੇ ਨੂੰ 60 ਗੁਣਾ ਆਸ਼ੀਸ਼ ਮਿਲਦੀ ਆ ਕਿਸੇ ਨੂੰ ਉਹਦਾ ਪ੍ਰਤੀਫਲ 100 ਗੁਣਾ ਦੇਖੋ ਮੇਰੇ ਜਿਹੜੇ ਹੱਥਾਂ ਪੈਂਦਾ ਫਟਾਫਟ ਕਰ ਦਿੰਦੇ ਆ ਪਰ ਮੈਂ ਦੱਸਣਾ ਚਾਹੁੰਦਾ 60-80 ਦਾ ਲੈਵਲ ਦਾ ਮੁਦਾਹਟਾ ਜੇ 2.5 ਵਾਲੇ 30 ਵਾਲੇ ਆ ਤੇ ਜੇ 60 ਵਾਲੇ ਆ ਉਹ 4 ਘੰਟੇ ਵਾਲੇ ਆ ਤੇ ਉਸ ਤੋਂ ਬਾਅਦ ਸੰਡੇ ਆ ਕੇ ਉਹ ਰੱਬ ਦਾ ਸ਼ੁਭ ਸਮਾਚਾਰ ਲੋਕਾਂ ਨੂੰ ਵੀ ਚਰਚ ਦੇ ਵਿੱਚ ਸੁਣਾਉਂਦੇ ਆ ਉਹ ਹੈਗੇ 60 ਵਾਲੇ ਅਵੈਂਟਿਸਟ ਜਿਹੜੇ ਆ ਧਿਆਨ ਨਾਲ ਸੁਣੋ ਖਾਸ ਕਰਕੇ ਹਾਲੇਲੂਯਾ ਜਿਹੜੇ ਵਲੰਟੀਅਰ ਉਹ ਧਿਆਨ ਨਾਲ ਸੁਣੋ ਹਾਲੇਲੂਯਾ ਜਿਹੜੀ ਬਿਮਾਰ ਉਹ ਧਿਆਨ ਨਾਲ ਸੁਣੇ ਹਾਲੇਲੂਯਾ ਜਿਹੜੇ ਵਿਸ਼ਵਾਸੀ ਉਹ ਧਿਆਨ ਨਾਲ ਸੁਣਨ ਕਿ ਅਸੀਂ ਆਪਣੇ ਲੈਵਲ ਨੂੰ ਗਰੋਥ ਕਰਕੇ ਕਿੱਦਾਂ ਅੱਗੇ ਅਸੀਂ ਵੱਧ ਸਕਦੇ ਹਾਂ ਨੈਕਸਟ ਲੈਵਲ ਵਿੱਚ ਅਸੀਂ ਕਿੱਦਾਂ ਵੱਧ ਸਕਦੇ ਹਾਂ ਉਹਦਾ ਇੱਕ ਹੀ ਵਿਜ਼ਨ ਹੈ ਉਹ ਹੈ ਪ੍ਰਾਰਥਨਾ ਜ਼ੋਰ ਨਾਲ ਹਾਲੇਲੂਯਾ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਸਾਡਾ ਨੈਕਸਟ ਲੈਵਲ ਆਪਣੇ ਆਪ ਹੀ ਹੋ ਇਹ ਨਹੀਂ ਕਿ ਅੱਜ ਅਸੀਂ ਕਰਨੇ ਕੱਲ੍ਹ ਅਸੀਂ ਕਰਨੇ ਪਰਸੋਂ ਨੂੰ ਫਿਰ ਠੰਡੇ ਹਮੇ ਸੱਠ ਵਾਲੇ ਹੱਥ ਖੜੇ ਕਰਾਂਗੇ ਜਿਵੇਂ 20 ਤੋਂ 10 ਦੀ ਦੇਣਾ ਪਤਾ ਹੀ ਅਸੀਂ 2.5 ਘੰਟੇ ਕਰ ਦਿੱਤੇ ਦਿਖਾ ਸੀ 4 ਘੰਟੇ ਕਰਨੀ ਅੱਛਾ ਬਸ
ਸਾਠ ਵਾਲੇ ਹੱਥ ਨੀ ਕੋਈ ਖੜਾ ਹੋ ਗਿਆ, ਇੱਕ ਦੋ ਯਵਸ ਜਿਹੜੇ ਚਾਰ ਘੰਟੇ ਵਾਲੇ ਹੁਣ ਸੌ ਵਾਲੇ ਦੇਖੋ ਨਾ, ਸੌ ਫੁਣਾ ਲੈਣਾ ਆ ਜਿਹਨਾਂ ਦੇ ਜੀਵਨ ਦੇ ਪ੍ਰਭੂ ਨੇ ਸੌ ਫੁਣਾ ਅਰਸ਼ ਲੈਣੀ ਆ, ਜਿਹਨੂੰ ਪਰਮੇਸ਼ਰ ਨੇ ਉਸ ਬੀਜ ਦਾ ਪ੍ਰਤੀਫਲ ਸੌ ਫੁਣਾ ਦੇਣਾ, ਉਹਨਾਂ ਦੇ ਵਾਸਤੇ ਅੱਠ ਘੰਟੇ ਰਾਤਾਂ ਆ। ਉਹਨਾਂ ਨੇ ਚਰਚਾ ਕੇ ਸੁਸਮਾਚਾਰ ਵੀ ਸੁਣਾਉਣਾ ਆ, ਲੋਕਾਂ ਨੂੰ ਵਚਨ ਵੀ ਸੁਣਾਉਣਾ ਆ, ਉਹਨੂੰ ਮਹੱਲੇ ਚ ਕੋਈ ਮਿਲਿਆ ਮਹੱਲੇ ਚ ਵੀ ਸੁਣਾਉਣਾ ਆ, ਕੋਈ ਬਾਹਰ ਵੀ ਮਿਲ ਗਿਆ ਤਾਂ ਉਹਨੂੰ ਵੀ ਸੁਣਾਉਣਾ। ਹੁਣ ਤੁਸੀਂ ਆਪੇ ਹੀ ਦੇਖੋ ਅਸੀਂ ਕਿਹੜੇ ਲੈਵਲ ਤੇ ਜਾਣਾ। ਜੋ ਮੈਂ ਦੱਸਣਾ ਚਾਹੁੰਦਾ ਹਾਂ ਤਾਂ ਪੌੜੀ ਦੇ ਆਲੇ ਦੁਆਲੇ ਘੁੰਮਣ ਵਾਲੇ ਆਪਾਂ ਹੁਣ ਚੜ੍ਹਨਾ ਆਇਆ, ਸਟੇਪ ਤੇ ਚੜ੍ਹਨਾ, ਕੀ ਕਰਨਾ ਸੀ ਨੈਕਸਟ ਲੈਵਲ ਤੇ ਜਾਣਾ। ਸਾਡੇ ਆਤਮਾ ਦਾ ਅਗਲਾ ਜਿਹੜਾ ਨੈਕਸਟ ਲੈਵਲ ਹੈ ਅਸੀਂ ਉਹਨੂੰ ਕ੍ਰੋਸ ਕਰਨਾ। ਹਾਲੇਲੂਇਆ, ਫਿਰ ਅਸੀਂ ਆਤਮਾ ਵਿੱਚ ਵੱਧਦੇ ਹਾਂ, ਆਤਮਾ ਵਿੱਚ ਪ੍ਰਾਪਤ ਵਿੱਚ ਅਸੀਂ ਕੀ ਕਰਾਂਗੇ ਵੱਧ ਜਾਵਾਂਗੇ। ਇਹਨਾਂ ਸਾਰਿਆਂ ਦੇ ਵਾਸਤੇ ਪ੍ਰਾਰਥਨਾ ਜਿਹੜੀ ਆ ਉਹ ਬਹੁਤ ਹੀ ਮੈਨੂੰ ਬਾਰ ਬਾਰ ਨਾ ਪਲੀਜ਼ ਕਹਿਣਾ ਪਵੇ, ਤੁਸੀਂ ਆਪੇ ਉੱਚੀ ਆਵਾਜ਼ ਨਾਲ ਬੋਲਣਾ ਆ। ਹਾਲੇਲੂਇਆ, ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤੇ ਤੁਸੀਂ ਜੀ ਕੀ ਕਰੋਗੇ ਕੀ ਕਰੋਗੇ ਤੇ ਬਣਨਾ ਹਰ ਕੋਈ ਚਾਹੁੰਦਾ ਆ, ਤੇ ਸਵਰਗ ਨੂੰ ਹਰ ਕੋਈ ਜਾਣਾ ਚਾਹੁੰਦਾ ਆ, ਤੇ ਸਵਰਗ ਨੂੰ ਜਾਣ ਦਾ ਸਾਡਾ ਨਿਸ਼ਾਨਾ ਹੋਣ ਦੇ ਬਾਵਜੂਦ ਸਾਨੂੰ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਆ। ਕਿ ਅਗਰ ਅਸੀਂ ਪ੍ਰਾਰਥਨਾ ਕਰਾਂਗੇ, ਵਚਨਾਂ ਨੂੰ ਪੜ੍ਹਾਂਗੇ, ਖੁਦਾਵੰਦ ਆਏਗਾ ਤੇ ਸਾਨੂੰ ਨਾਲ ਲੈ ਕੇ ਜਾਏਗਾ। ਹਾਲੇਲੂਇਆ, ਕਿੰਨੇ ਨੂੰ ਪਤਾ ਲੱਗ ਗਿਆ ਦਸ ਨੂੰ ਕਿਹੜੇ ਕਿਹੜੇ ਸ਼ਾਬਾਸ਼ ਇੱਕ ਨੂੰ ਗੱਲ ਜਿਵੇਂ ਮੈਂ ਬੋਲਿਆ ਸੀ ਸਾਰੇ ਨੂੰ ਲਿਖ ਕੇ ਲਓ ਕੁਛ ਨੀ ਕਿਤਾਬ ਵੀ ਅਧਿਆਏ ਕੀ ਕਰਨਾ ਪੂਰਾ ਚੈਪਟਰ, ਉਹਦੇ ਵਿੱਚ ਦਸ ਨੂੰ ਲਿਖੇ ਆ ਉਹ ਲਿਖ ਕੇ ਲਿਆਉਣੇ ਕਿਹੜਾ ਕਿਹੜਾ ਲਿਖ ਕੇ ਲਿਆ, ਜਿਹੜੇ ਲਿਖ ਕੇ ਲਿਆ ਹੱਥ ਖੜੇ ਕਰਾਂਗੇ। ਲੈ ਲਓ ਤੁਸੀਂ ਪਾਸਟਰ ਦਾ ਕਹਿਣਾ ਨੀ ਮੰਨਦੇ, ਰੱਬ ਦੇ ਦਾਸਾਂ ਦਾ ਜਿਨ੍ਹਾਂ ਨੇ ਕਹਿਣਾ ਮੈਨੇ ਮੂਸਾ ਨੇ ਬੋਲਣਾ ਚਲੋ ਤਾਂ ਉਹ ਕਹਿੰਦੇ ਨੀ ਸੀ ਅਸੀਂ ਨਹੀਂ ਜਾਣਾ। ਹਾਂਜੀ, ਉਹਨੂੰ ਪਤਾ ਸੀ ਵੀ ਮਿਸਰ ਦੇ ਵਿੱਚ ਇਸ ਟਾਈਮ ਬਹੁਤ ਵੱਡੀ ਮੁਸੀਬਤ ਆ ਤੇ ਅਸੀਂ ਮੂਸਾ ਦੀ ਕੀ ਕਰਨੀ ਹੁਣ ਗੱਲ ਮੰਨਣੀ ਹੈ, ਇਹਦੀ ਗੱਲ ਮੰਨਾਂ ਕਰ, ਇਹਦੀ ਗੱਲ ਸਿੱਧੀ ਰੱਬ ਦੇ ਨਾਲ ਆ ਜੋ ਨੇ ਕੋਈ ਨਵੇਂ ਕਰ। ਹਾਲੇਲੂਇਆ, ਅਗਰ ਤੁਸੀਂ ਮੇਰੀ ਗੱਲ ਨੀ ਮੰਨੋ ਮੈਨੂੰ ਪਰਮੇਸ਼ਰ ਨੇ ਬੋਲਿਆ, ਮੈਂ ਕਿਹਨੂੰ ਬੋਲਿਆ, ਆਮੀਨ, ਮੈਨੂੰ ਕਿਹਨੂੰ ਦੱਸਿਆ ਖੁਦਾਵੰਦ ਨੇ, ਕਿਹਦੇ ਵਾਸਤੇ ਦੱਸਿਆ, ਤੁਹਾਡੇ ਵਾਸਤੇ ਦੱਸਿਆ, ਤੁਹਾਡੀ ਆਪਣੀ ਤਰੱਕੀ ਦੇ ਵਾਸਤੇ ਦੱਸਿਆ। ਹਾਲੇ ਮਾਲੇ, ਤਾਂ ਕਿ ਕੱਲ੍ਹ ਨੂੰ ਕੋਈ ਤੁਹਾਨੂੰ ਸਵਾਲ ਕਰੇ ਤੇ ਉਹ ਤੋਂ ਪਹਿਲਾਂ ਤੁਹਾਨੂੰ ਜਵਾਬ ਆਉਣਾ। ਮੈਂ ਦੱਸਿਆ ਪਿਛਲੇ ਹਫ਼ਤੇ ਅਸੀਂ ਗੁੰਗੇ ਨਹੀਂ ਬਣਨਾ, ਉਹ ਤੁਹਾਨੂੰ ਸਵਾਲ ਪੁੱਛਦੇ ਆ ਤੇ ਪਰ ਕੀ ਕਹਿੰਦੇ ਨਹੀਂ ਜਾਣੀ ਆ, ਪਰ ਤੁਸੀਂ ਚੁੱਪ ਕਰਕੇ ਬੈਠਦੇ ਜਾ ਕੇ ਤੁਹਾਨੂੰ ਹਰ ਇੱਕ ਚੀਜ਼ ਦੇ ਬਾਰੇ ਪਤਾ ਆ, ਪਰ ਇੱਕ ਅਸੀਂ ਆਪਣੀ ਆਦਤ ਬਣਾਉਣੀ ਅਸੀਂ ਬੋਲਣਾ ਨਹੀਂ ਕਰ। ਮੇਰੇ ਇਸ ਹੁਣ ਬੋਲਣ ਦਾ ਟਾਈਮ ਆ, ਮੂੰਹ ਖੋਲਣ ਦਾ ਟਾਈਮ ਆ, ਅਸੀਂ ਮੂੰਹ ਨੂੰ ਖੋਲਣਾ ਆ ਤੇ ਜਿਹੜੇ ਸਾਨੂੰ ਸਵਾਲ ਜਵਾਬ ਕਰਦੇ ਉਹਨਾਂ ਸਵਾਲਾਂ ਦਾ ਅਸੀਂ ਜਵਾਬ। ਬਾਰਾਂ ਵੀ ਆ ਜਾਵੇ ਇੱਕੋ ਹੀ, ਨੰਬਰ ਦੋ, ਨੰਬਰ ਤਿੰਨ, ਨੰਬਰ ਚਾਰ, ਨੰਬਰ ਪੰਜ,
ਨੰਬਰ 6 ਨੰਬਰ 7 ਨੰਬਰ 8 ਨੰਬਰ 9 ਨੰਬਰ 10 ਜ਼ੋਰ ਦੇ ਕੇ ਮੰਨਣਾ ਕਰੇ ਪਰਮੇਸ਼ਵਰ ਵਚਨ ਦੀ ਸਾਨੂੰ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ। ਜ਼ੋਰ ਨਗਰ ਮੈਂ ਨਗਰ ਅੱਜ ਦਾ ਵਿਸ਼ਾ ਕੀ ਹੈ? ਪ੍ਰਾਰਥਨਾ। ਕੌਣ ਕੌਣ ਸ਼ੁਰੂ ਕਰ ਚੁੱਕਾ ਪ੍ਰਾਰਥਨਾ? ਜਿਹੜੇ ਨਹੀਂ ਕਰ ਰਹੇ ਉਹ ਅੱਜ ਤੋਂ ਕੀ ਕਰਨਾ ਹੈ? ਸ਼ੁਰੂ ਕਰਨੀ ਬੋਲਵਾ ਦੇ ਨਾਲ ਔਰ ਵਿਸ਼ਵਾਸ ਕਰਨਾ ਕਿ ਚਾਲਣਾ ਮੇਰੇ ਤੋਂ ਵੱਡੀਆਂ ਕੋਈ ਖੜਾ ਹੁੰਦਾ। ਮੈਂ ਆਪਣੇ ਘਰ ਨੂੰ ਬਚਾਉਣਾ, ਆਂਢੀ ਗੁਆਂਢੀ ਬਚੇ ਚਾਹੇ, ਪਰ ਪਹਿਲਾਂ ਮੈਂ ਕੀ ਕਰਨਾ ਹੈ? ਆਪਣੇ ਆਵਾਜ਼ ਨਹੀਂ ਆ ਰਹੀ, ਆਪਣੇ ਆਪਣੇ ਘਰਾਣੇ ਨੂੰ ਬਚਾਉਣਾ ਆ ਤੇ ਆਂਢ ਗੁਆਂਢ ਮੇਰਾ ਆਪੇ ਬਚ ਜਾਣਾ ਜਦੋਂ ਮੈਂ ਆਪਣੇ ਘਰ ਦੇ ਵਿੱਚ ਰੋਜ਼ ਉਪਰੇ ਦੁਆਵਾਂ ਕਰਨੀ ਹੈ। ਆਪਣੇ ਗੁਆਂਢੀਆਂ ਨੂੰ ਨਜ਼ਰ ਨਹੀਂ ਆ ਰਿਹਾ, ਜਾਗਦੇ ਰਹੋ। ਮੇਰੀ ਭੈਣ ਜਾਗਦੇ ਰਹੋ, ਮੇਰੇ ਭਰਾ ਜਾਗਦੇ ਰਹੋ, ਆਪਣੀ ਪਹਿਲਾਂ ਪ੍ਰਾਰਥਨਾ ਕਰ ਲੋ, ਰੋਟੀ ਪਾਣੀ ਖਾਓ, ਆਪਣੇ ਪਰਿਵਾਰ ਚ ਬੈਠੋ, ਆਪਣੇ ਪਰਿਵਾਰ ਦੇ ਨਾਲ ਆਪਣੇ ਦੁੱਖ ਸੁੱਖ ਨੂੰ ਕੀ ਕਰੋ ਸਾਡਾ। ਕਈ ਵਾਰੀ ਦੇਖਿਆ ਨਾ ਤੁਸੀਂ, ਹਸਬੈਂਡ ਗੱਲ ਕਰਦਾ ਹੁੰਦਾ ਤਾਂ ਵਾਈਫ ਆਪਣੇ ਮੋਬਾਈਲ ਚ ਫਸੀ ਹੁੰਦੀ, ਜਾਂ ਵਾਈਫ ਬੇਚਾਰੀ ਪ੍ਰਾਰਥਨਾ ਕਰਦੀ ਉਹ ਗੱਲ ਕਰਦੀ ਘਰ ਦੀ ਨੂੰ ਦੱਸਣ ਉਹਦੀ ਮਜਬੂਰੀ, ਤੇ ਘਰ ਵਾਲਾ ਕੀ ਕਰਦਾ ਹੁੰਦਾ? ਆਵਾਜ਼ ਨੀ ਆ ਰਹੀ ਹੈ? ਉਹ ਘਰ ਵਾਲੀ ਕਹਿੰਦੀ ਵੀ ਆਪਣੇ ਹੁਣ ਬੇਟੀ ਵਾਲੇ ਕੀ ਕਰੀਏ, ਜਾਂ ਬੇਟੇ ਵਾਲੇ ਕੀ ਕਰੀਏ, ਜਾਂ ਹੁਣ ਆਪਾਂ ਨਵਾਂ ਕੰਮ ਕਿਹੜਾ ਸ਼ੁਰੂ ਕਰਨਾ, ਜਾਂ ਘਰ ਦੇ ਉੱਪਰ ਛੱਤ ਜਿਹੜੀ ਆ ਉਹ ਖਰਾਬ ਹੋਈ ਆ, ਉਹਨੂੰ ਫਰਸ਼ ਪਕਾਉਣਾ, ਜਾਂ ਘਰ ਦਾ ਪਲਸਤਰ ਕਰਾਉਣਾ, ਕਰਦੀ ਨਾ ਘਰ ਵਾਲੀ ਕਹਿੰਦਾ? ਘਰ ਵਾਲੇ ਕੀ ਕਹਿੰਦਾ? ਕੋਈ ਨੀ ਕਰ ਲਾਂਗੇ। ਸੁਣੋ ਮੇਰੇ ਪੈਜਣਾ ਦੀ ਛਾਤੀ ਹੋ ਚੁੱਕੀ ਆ, ਸੁਣੋ ਮੇਰੀਆਂ ਪੈਣਾ, ਇਹ ਤੁਹਾਡੇ ਹੱਥ ਵਿੱਚ ਆ ਆਪਣੇ ਬੱਚਿਆਂ ਨੂੰ ਕਿੱਦਾਂ ਅਸੀਂ ਨੈਕਸਟ ਲੈਵਲ ਤੇ ਲੈ ਕੇ ਜਾਣਾ। ਜ਼ੋਰ ਨਾਲ ਜਾਗਦੇ ਰਹੋ ਤੇ ਪ੍ਰਾਰਥਨਾ ਵਿੱਚ ਲੱਗੇ ਰਹੋ। ਆ ਤੁਸੀਂ ਸਾਰਿਆਂ ਨੇ ਬੋਲਣਾ ਹੁਣ ਪੈਣਾ, ਜਿਵੇਂ ਤੁਹਾਡੀ ਸ਼ਾਬਾਸ਼ ਬਾਹਰਲੇ ਵੀ ਸ਼ਾਬਾਸ਼। ਜਾਗਦੇ ਰਹੋ, ਜਾਗਦੇ ਰਹੋ, ਕਿ ਇਹ ਨਾ ਹੋਵੇ ਕਿ ਤੁਸੀਂ ਜਾਗੇ ਨਹੀਂ ਤਾਂ ਉਧਰੋਂ ਯਸੂ ਆ ਜਾਵੇ। ਉਹਦਾ ਵਾਅਦਾ ਹੈ, ਉਹਦਾ ਪ੍ਰੋਮਿਸ ਆ, ਉਹ ਕਿੱਦਾਂ ਆਏਗਾ? ਚੋਰ ਦੀ ਮਾਨਤ ਆਏਗਾ, ਉਹ ਦੱਸੇਗਾ ਰੋਟੀ ਸਭ ਕੁਛ ਆਪਣਾ ਰੋਟੀ
ਰੋਟੀਆਂ ਨਹੀਂ ਖਾਂਦੇ ਹੋਣਗੇ, ਵਿਆਹ ਸ਼ਾਦੀਆਂ ਕਰਦੇ ਹੋਣਗੇ ਤੇ ਯਸੂ ਆ ਜਾਏਗਾ। ਜ਼ੋਰ ਵਿੱਚ ਮੈਂ ਤੁਹਾਨੂੰ ਉਹ ਤੁਹਾਡੇ ਲਾਗੇ ਉਹ ਚੱਲਦਾ ਆ ਕਿਉਂਕਿ ਜਾਣਦਾ ਆ ਕਿ ਤੁਸੀਂ ਖੁਦਾਵਰ ਦੀਆਂ ਧੀਆਂ ਦੇ ਪੁੱਤਰ ਹੋ ਔਰ ਤੁਸੀਂ ਪ੍ਰਾਰਥਨਾ ਕਰਨ ਵਾਲੇ ਉਹ ਅਜ਼ੀਜ਼ ਹੋ, ਉਹ ਖੁਦਾ ਦੀ ਆਵਾਜ਼ ਨੂੰ ਸੁਣਨ ਵਾਲੇ ਹੋ, ਉਹ ਖੁਦਾ ਦਾ ਕਹਿਣਾ ਮੰਨਣ ਵਾਲੇ ਹੋ, ਉਹ ਖੁਦਾ ਦੇ ਵਚਨ ਦੇ ਪਿੱਛੇ ਚੱਲਣ ਵਾਲੇ ਹੋ ਔਰ ਖੁਦਾ ਦੇ ਵਚਨ ਦੀ ਇੱਜ਼ਤ ਕਰਨ ਵਾਲੇ ਹੋ ਔਰ ਸਬਰ ਵਾਲੇ ਦਿਨ ਦੀ ਇੱਜ਼ਤ ਕਰਨ ਵਾਲੇ ਹੋ। ਹੁਣ ਤੁਸੀਂ ਕੀ ਗੁਣਾ ਵਾਲੇ ਨਹੀਂ ਉਹਨੂੰ ਪਤਾ ਲੱਗ ਗਿਆ ਭਾਈ, ਇਹ ਸਭ ਗੁਣਾ ਵਾਲੇ ਹੋਣ ਜਾ ਰਹੇ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਜਾ ਰਹੇ। ਮੇਰਾ ਵਿਸ਼ਾ ਕੀ ਆ, ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ। ਜਗਾਓ ਨਾ ਬੁਲਾ ਦੇ ਨੂੰ, ਮੈਨੂੰ ਕੋਈ ਗੱਲ ਨਹੀਂ, ਜਗਾਓ ਆਪਣੇ ਗੁਆਂਢੀ ਨੂੰ ਲਾਗਦੇ ਨੂੰ, ਸ਼ਾਬਾਸ਼। ਉਹ ਇੱਥੇ ਨਹੀਂ ਆਪਣੇ ਘਰਾਂ ਚ ਜਿਹੜੇ ਬੈਠੇ ਬੈਠੇ ਪ੍ਰਾਰਥਨਾ ਦੇ ਵਿੱਚ ਸੌ ਜਾਂਦੇ ਆ, ਕੀ ਕਰਨਾ ਉਹਨਾਂ ਨੂੰ ਜਗਾਉਣਾ ਆ ਅੱਜ ਕਿ ਜਾਗਦੇ ਰਹੋ, ਉੱਠੋ ਜੀ, ਜਾਗਦੇ ਰਹੋ, ਜਾਗਦੇ ਰਹੋ। ਹਾਂ, ਆਪਣੇ ਘਰਾਂ ਦੇ ਦੇਖਣਾ ਹੈ, ਇੱਥੇ ਤੁਸੀਂ ਸਾਰੇ ਜਾਗਦੇ। ਹੁਣ ਸਾਨੂੰ ਆਤਮਾ ਵਿੱਚ ਪ੍ਰਾਰਥਨਾ ਵਿੱਚ ਜਾਗਣ ਦੀ ਕੀ ਆ ਜ਼ਰੂਰਤ ਬੁਲਾ ਲੈਣੀ ਹੈ। ਜੇ ਤੁਸੀਂ ਜਾਓ ਬਾਬਾ ਬੱਚੀ ਤੋਂ ਸੱਤ ਹੋ ਜਾਏਗਾ, ਸੱਤ ਤੋਂ ਹੋ ਜਾਓਗੇ, ਫਿਰ ਉਸ ਤੋਂ ਵੀ ਜਲਦੀ ਪਰਮੇਸ਼ੁਰ ਆਤਮਾ ਬਹੁਤ ਆਇਤਾਂ ਵਿੱਚ ਕੰਮ ਕਰਦਾ। ਖੁਦਾ ਦਾ ਆਤਮਾ ਹੋਰ ਵੀ ਤੇਜ਼ੀ ਨਾਲ ਕੀ ਕਰੇਗਾ, ਤੁਹਾਡੀ ਪ੍ਰਾਰਥਨਾ ਬਦਲਣੀ ਆ, ਜੁੜੇ ਸਵੇ ਹਾਲੇਲੂਯਾ, ਹਾਲੇਲੂਯਾ। ਉਹ ਕਹਿੰਦਾ ਮੇਰੇ ਤੋਂ ਸਿਵਾਏ ਕਿਸੇ ਨੂੰ ਸਿੱਧਾ ਪ੍ਰਭੂ ਕਹਿੰਦਾ ਨਾ ਕਰ ਦੂ ਹਾਲੇਲੂਯਾ। ਜਦੋਂ ਹਾਲੇਲੂਯਾ ਪਰਬਤ ਬਚੇ ਸੌਣ ਬਚੇ ਹਨ, ਤਾਂ ਤੁਸੀਂ ਕੀ ਕਰਨਾ, ਸਾਰਿਆਂ ਨੇ ਝੁੱਕ ਕੇ ਕੀ ਕਰਨਾ, ਸਾਰਿਆਂ ਨੇ ਕੀਤਾ ਪਰ ਪਰਮੇਸ਼ਵਰ ਤੇ ਜਿਹੜੀ ਤੁਸੀਂ ਪ੍ਰਾਰਥਨਾ ਕਰਦੇ ਹੋ ਤੁਹਾਨੂੰ ਬਚਾਉਣ ਦੀ ਤਾਕਤ ਤੇ ਕੁਦਰਤ ਵੀ ਰੱਖਦਾ ਹੈ। ਹੁਣ ਮਰਦੀ ਮਹਿਮਾ ਪ੍ਰਭੂ ਦੀ ਕਰਦੀ ਕਰੋ ਸਾਰੇ। ਇਹਨਾਂ ਤੁਹਾਨੂੰ ਸੁਣਾਉਣ ਵਾਲਾ ਜਾਂ ਤੁਹਾਨੂੰ ਬਚਾਉਣ ਵਾਲਾ ਵੀ ਮਹਿਮਾ ਕਰੇ ਸਾਰੇ। ਉਹ ਪਰਦੀ ਹੋਈ ਆਦਮੀ ਪੱਠੀ ਵਿੱਚ ਸਵੇ ਤੇ ਉੱਥੇ ਵੀ ਕੀ ਕਰਦਾ ਸੀ ਪਰਮੇਸ਼ਵਰ ਦੀ ਮਹਿਮਾ। ਉਹਨਾਂ ਦੇ ਹੱਥ ਤੋਂ ਵੀ ਡਰ ਹੋ ਕੇ ਸਾਨੂੰ ਚੈੱਕ ਕਰ ਸਕਦੇ ਨਾ ਕਰੇ ਸੁੱਤੋ ਸਮੇਂ ਤੱਕ ਕੰਮ ਨਹੀਂ ਆਪਣਾ ਜੀਵਨ ਕੀ ਕਰੋ, ਹਾਂਜੀ, ਪ੍ਰਭੂ ਨੂੰ ਦੇ ਦਿਓ ਤੇ ਲਗਾਤਾਰ ਨਿਰੰਤਰ ਪ੍ਰਾਰਥਨਾ ਦੇ ਵਿੱਚ ਪਰਮੇਸ਼ਵਰ ਮੁਹੱਈਆ ਕਰਨ ਵਾਲਾ ਪਰਮੇਸ਼ਵਰ ਹੈ, ਉਹ ਦੇਣ ਵਾਲਾ ਪਰਮੇਸ਼ਵਰ, ਉਹ ਦਿੰਦਾ ਉਹ ਉਹਨਾਂ ਨੂੰ ਦਿੰਦਾ ਹੈ ਜਿਹੜੇ ਸ਼ਾਗ ਕਰਦੇ ਨੇ।
ਉਹਨਾਂ ਨੂੰ ਪ੍ਰਭੂ ਦਿੰਦਾ ਹੈ ਮਹੀਆ ਕਰਕੇ ਦਿੰਦਾ, ਉਹਨਾਂ ਨੂੰ ਕਦੇ ਜਾਣਾ ਨਹੀਂ ਪੈਂਦਾ, ਉਹਨੂੰ ਘਰੇ ਪ੍ਰਭੂ ਮਹੀਆ ਕਰਕੇ ਦਿੰਦਾ। ਹਾਲੇ ਹੋਈ ਆ, ਹਾਲੇ ਹੋਈ ਆ। ਉਹ ਕਹਿੰਦੇ ਅੱਗ ਸਾਡਾ ਕੁਝ ਵੀ ਵਿਗਾੜ, ਇਹ ਗੱਲ ਕਦਾ ਬਣ ਗਈ, ਉਹਨਾਂ ਅੰਦਰ ਦਲੇਰੀ ਸੀ ਤੁਹਾਡੇ ਅੰਦਰ ਦਲੇਰੀ ਉਦੋਂ ਆਉਣੀ ਆ ਜਦੋਂ ਤੁਸੀਂ ਕੀ ਕਰਨਾ ਪੈਣਾ, ਜਾ ਕੇ ਰਹੋ ਦੇ ਪ੍ਰਾਰਥਨਾ ਦੇ ਵਿੱਚ, ਬਸ ਬਾਕੀ ਗੱਲ ਕਰੋ ਚਾਹੇ ਨਾ ਕਰੋ, ਲੇਕਿਨ 3 ਘੰਟੇ ਮੇਰੇ ਅਜੀਜ਼ੋ ਜੋ ਮੈਨੂੰ ਹੋਲੀ ਸਪਿਰਿਟ ਨੇ ਦੱਸਿਆ, ਜੋ ਮੈਨੂੰ ਪਵਿੱਤਰ ਆਤਮਾ ਨੇ ਦੱਸਿਆ ਕਿ ਇਹਨਾਂ ਨੂੰ ਬੋਲ, ਉਹਨਾਂ ਨੂੰ ਬੋਲ ਕੇ 3 ਘੰਟੇ ਹੁਣ ਪ੍ਰਾਰਥਨਾ ਕਰੋ, ਜਿਹੜੇ ਨਹੀਂ ਕਰਦੇ ਉਹ ਵੀ ਕਰੋ, ਜਦੋਂ ਤੁਸੀਂ ਸਾਰਾ ਟੱਬਰ ਸੋਚੋ ਰਹਿੰਦੇ ਆ ਤੇਰਾ, ਜਿਸ ਕਰਕੇ 4 ਮੈਂਬਰ ਆ ਜਾਂ 5 ਮੈਂਬਰ ਆ, 4 ਮੈਂਬਰ ਰਲ ਕੇ ਦੁਆ ਕਰਨਗੇ, 3 ਘੰਟੇ ਕਰਨਗੇ, ਕਿੰਨੇ ਘੰਟੇ ਬਣ ਜਾਣੇ, ਹਾਂਜੀ 4 × 12, ਠੀਕ ਹੈ। ਸੋਚੋ ਜਿਸ ਕਰਕੇ ਰੋਜ਼ 12 ਘੰਟੇ ਪ੍ਰਾਰਥਨਾ ਹੋਏਗੀ, ਔਰ 10-15 ਦਿਨਾਂ ਦੇ ਬਾਅਦ ਮੁਸ਼ਕਲਾਤ ਬੋਲ ਦੋ। ਮੈਂ ਤੁਹਾਨੂੰ 6 ਸਾਲ ਤੋਂ 6 ਵੀ ਮਿਲ ਜਾਂਦੇ ਨੇ, ਤੇ ਮੈਂ ਅੱਜ ਦੇਖੋ ਤੁਹਾਨੂੰ 10 ਦਿਨਾਂ ਤੇ ਲੈ ਕੇ ਆ ਗਿਆ। ਆਮੀਨ। ਫਾਈਨੈਂਸ਼ੀਅਲ ਨੂੰ ਤੁਹਾਡੇ ਨੂੰ ਜਿਹੜਾ ਫਾਈਨੈਂਸ ਤੁਹਾਡਾ ਉਹਨੂੰ ਬਲੈਸ ਕਰ ਦੇਣਾ, ਸਾਰੇ ਨੰਬਰ ਲੈ ਕੇ ਚੱਲੇ। ਉਸ ਫੈਮਿਲੀ ਦੇ ਅੰਦਰ 10-12 ਘੰਟੇ ਪ੍ਰਾਰਥਨਾ ਹੋਣੀ ਆ, ਤੁਸੀਂ ਇੱਕ ਨਵੀਂ ਅੱਗ ਦੇ ਨਾਲ ਭਰਜਣਾ ਸ਼ੁਰੂ ਕਰੋ, ਇੱਕ ਨਵੇਂ ਅਭਿਸ਼ੇਕ ਦੇ ਨਾਲ ਭਰਜਣਾ। ਪਰਮੇਸ਼ਵਰ ਨੇ ਤੁਹਾਡੇ ਉੱਪਰ ਫਿਰ ਨਵਾਂ ਰੈਵਲੇਸ਼ਨ ਖੋਲਣਾ ਸ਼ੁਰੂ ਕਰਨਾ, ਤੁਹਾਨੂੰ ਪਰਮੇਸ਼ਵਰ ਨੇ ਪ੍ਰਕਾਸ਼ ਦੇਣਾ ਆ, ਪਰਮੇਸ਼ਵਰ ਨੇ ਤੁਹਾਡੀ ਬੰਦ ਬੁੱਤ ਨੂੰ ਖੋਲ ਦੇਣਾ ਆ, ਤੁਹਾਨੂੰ ਉਹਨੇ ਗਿਆਨੀ ਬਣਾ ਦੇਣਾ ਆ, ਉਹਨੇ ਤੁਹਾਨੂੰ ਬੁੱਧੀਮਾਨ ਬਣਾ ਦੇਣਾ ਆ, ਉਹਨੇ ਤੁਹਾਨੂੰ ਸਮਝਦਾਰ ਬਣਾ ਦੇਣਾ ਆ। ਇਹ ਬਣਾਉਣਾ ਕਹਿੰਦੇ ਆ ਸਿਰਫ ਤੇ ਸਿਰਫ ਤੁਹਾਡੀ ਪ੍ਰਾਰਥਨਾ ਨੂੰ। ਮਨ ਜਿਹੜਾ ਖੁੱਲ ਰਿਹਾ ਆ, ਤੁਹਾਡੇ ਬੰਦ ਕਾਨੇ ਵਚਨ ਦਾ ਦੁਬਾਰਾ ਖੁੱਲ ਰਿਹਾ ਆ, ਪਰਮੇਸ਼ਵਰ ਤੁਹਾਡੀ ਆਤਮਾ ਗ੍ਰੋਥ ਕਰਨ ਜਾ ਰਹੇ ਸ਼ਬਦ ਸੁਣਾ, ਆਤਮਾ ਦਾ ਨੈਕਸਟ ਲੈਵਲ ਤੇ ਜਾਣ ਜਾ ਰਹੇ ਸ਼ਬਦ, ਨੈਕਸਟ ਲੈਵਲ ਤੇ ਜਾ ਰਹੇ ਸ਼ਬਦ ਨਾਮ ਵਿੱਚ ਵੱਧ ਰਹੇ, ਤੁਸੀਂ ਸ਼ਬਦ ਆਤਮਾ ਤੇ ਵੱਧ ਰਹੇ ਆ। ਹਾਲੇਲੂਯਾ। ਤੁਹਾਡੇ ਹੱਥਾਂ ਦੇ ਕੰਮ ਵਿੱਚ ਮੇਰਾ ਪਰਮੇਸ਼ਵਰ ਬਰਕਤ ਦੇ ਦੇਣਾ, ਤੁਹਾਡੇ ਰੋਟੀ ਪਾਣੀ ਤੇ ਮੇਰਾ ਪਰਮੇਸ਼ਵਰ ਬਰਕਤ ਦੇ ਦੇਣਾ, ਤੁਹਾਡੇ ਬਿਜ਼ਨਸ ਨੂੰ ਬਲੈਸ ਕਰਦਾ ਮੇਰਾ ਪਰਮੇਸ਼ਵਰ, ਤੁਸੀਂ ਆਤਮਕ ਉਨਤੀ ਕਰ ਰਹੇ ਯਿਸੂ ਮਸੀਹ ਦੇ ਨਾਮ ਚ, ਜ਼ੋਰੇ ਵੱਲੋਂ ਮੈਂ ਕਰਦਾ ਹਾਂ। ਸੁਚੇਤ ਹੋਵੋ, ਜਾਗਦੇ ਰਹੋ, ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀ ਵਾਂਗੂ ਭਾਲਦਾ ਫਿਰਦਾ ਹੈ ਕਿ ਕਿਹਨੂੰ ਪਾੜ ਖਾਣਾ। ਆਮੇਨ। ਕਿੰਨੇ ਸੁਣੀ ਕਰੋ ਕੀ ਕਹਿੰਦਾ ਪ੍ਰਭੂ ਦਾ ਵਚਨ ਦੀ, ਜਾਗਦੇ ਰਹੋ, ਜਾਗਦੇ ਰਹੋ, ਪ੍ਰਾਰਥਨਾ ਦੇ ਵਿੱਚ ਲੱਗੇ ਰਹੋ। ਹਾਂਜੀ, ਬਸ ਸੁਚੇਤ ਹੋਵੋ, ਕੀ ਹੋਣਾ ਆ, ਪਹਿਲਾਂ ਜਾਗਣਾ ਫਿਰ ਕੀ ਹੋਣਾ, ਸੁਚੇਤ ਹੋਵੋ। ਹਾਂਜੀ, ਤੁਹਾਡਾ ਵਿਰੋਧੀ, ਤੁਹਾਡਾ ਵਿਰੋਧੀ ਕੌਣ ਹੈ ਜੀ, ਨਾ ਨਾ ਜਿਹੜਾ ਗੁਆਪਾ ਦਾ ਗੁਆਂਢੀ ਸਮਝੀ ਜਾਂਦੇ ਆ, ਆ ਜਿਹੜਾ ਸਾਡਾ ਪੜੋਸੀ ਆ,
ਇਹ ਸਾਡਾ ਕੀ ਹੈ ਬਹੁਤ ਵੱਡਾ ਵਿਰੋਧੀ, ਇਹਨੂੰ ਸੰਵਿਧਾਨ ਨੇ, ਪਰ ਇਹ ਵਿਰੋਧੀ ਨਹੀਂ ਗਾ, ਸਾਡਾ ਵਿਰੋਧੀ ਕੌਣ ਹੈ? ਦੁਸ਼ਟ ਸ਼ੈਤਾਨ ਹੈ ਜਿਹਦੀ ਸਾਡੇ ਨਾਲ ਕੀ ਹੈ ਲੜਾਈ, ਲੜਾਈ ਕਿਉਂ ਅਸੀਂ ਪ੍ਰਾਰਥਨਾ ਕਰਦੇ ਹਾਂ ਇਸ ਸਿਰ ਤੁਹਾਨੂੰ ਜੈਲਸ ਹੈ, ਉਹਨੂੰ ਪਤਾ ਹੁਣ ਇਹ ਪ੍ਰਾਰਥਨਾ ਕਰਨ ਲੱਗ ਪਿਆ ਇਹ ਖੁਦਾ ਦੇ ਪਿੱਛੇ ਆਉਣ ਇਹਨਾਂ ਨੇ, ਕੀ ਕਹਿੰਦੇ ਖੁਦਾ ਦੇ ਪਿੱਛੇ ਚੱਲ ਪੈਣਾ ਲੱਗ ਪੈਣਾ, ਤੇ ਰੱਬ ਨੇ ਕੀ ਕਰਨਾ ਇਹਨੂੰ, ਖੁਦਾ ਨੇ ਕੀ ਕਰਨਾ ਉੱਚਿਆ ਕਰਨਾ, ਤਾਂ ਸਵਰਗ ਨਿਕਲਣ ਨਾਗ ਵਿੱਚੋਂ ਨਿਕਲਦਾ, ਮੈਂ ਤਾਂ ਕੱਢੇ ਦਾ ਵਿਰੋਧ ਕਰਦਾ ਹੈ, ਜਿਹੜਾ ਤੁਹਾਡਾ ਵਿਰੋਧੀ ਆ ਉਹ ਬੁੱਕ ਦੇ ਸ਼ੀ ਵਾਂਗੂ ਵੀ ਕਰਦਾ ਆ ਤੁਹਾਨੂੰ ਭਾਵਨਾ ਜਦੋਂ ਤੁਸੀਂ ਪ੍ਰਾਰਥਨਾ ਨਹੀਂ ਕਰ ਮਲੇਸ਼ੀਆ ਦੇ ਸਕੇ ਤੇ 11 ਸਾਲ ਤੋਂ ਉਸ ਕੰਟਰੀ ਨੇ ਵਰਕ ਪਰਮਿਟ ਜਿਹੜਾ ਆ ਉਹ ਕੀ ਕੀਤਾ ਸੀ ਜੀ? ਬੰਦ ਕੀਤਾ ਸੀ। ਕੀ ਕੀਤਾ ਸੀ ਜੀ? ਕੀ ਕੀਤਾ ਸਿਸਟਰ ਜੀ? ਬੰਦ ਕੀਤਾ ਸੀਗਾ। ਤੇ ਸਿਸਟਰ ਜੀ ਦੱਸਿਆ ਉਹ ਇੱਥੇ ਦਾ ਆ ਜਿਹੜਾ ਕਾਨੂੰਨ ਆ ਉਹ ਵਰਕ ਪਰਮਿਟ ਨਹੀਂ ਦਿੰਦਾ, ਪਰ ਜਦੋਂ ਇਹਨਾਂ ਦੱਸਿਆ ਅਸੀਂ ਆਪਣੇ ਸੱਚੇ ਔਰ ਜੂਦੇ ਪਰਮੇਸ਼ੁਰ ਅੱਗੇ ਕੀ ਕੀਤੀਆਂ ਜੀ? ਆਵਾਜ਼ ਨਹੀਂ ਆ ਰਹੀ, ਕੀ ਕੀਤੀਆਂ? ਦੇਖੋ ਪ੍ਰਾਰਥਨਾ ਦੇ ਵਿੱਚ ਬਹੁਤ ਸ਼ਕਤੀ ਆ, ਬਲ ਹਾਲੇ ਰੋਈ ਆ, ਫਿਰ ਪ੍ਰਾਰਥਨਾ ਅਸੀਂ ਕੁਛ ਵੀ ਕਰ, ਪ੍ਰਾਰਥਨਾ ਸਾਨੂੰ ਕਰਨੀ ਬਹੁਤ, ਜਿੱਦਾਂ ਰੋਟੀ ਖਾਣੀ ਸਾਡੀ ਬੋਡੀ ਵਾਸਤੇ, ਸਿਹਤ ਵਾਸਤੇ, ਸਰੀਰ ਵਾਸਤੇ, ਸਰੀਰ ਵਾਸਤੇ ਜ਼ਰੂਰੀ ਹੈ, ਬੋਲੋ ਹਾਲੇ ਰੋਈ ਆ, ਇੱਦਾਂ ਹੀ ਸਾਨੂੰ ਆਤਮਾ ਦੇ ਵਾਸਤੇ ਪ੍ਰਾਰਥਨਾ ਕਰਨੀ, ਵਚਨ ਨੂੰ ਪੜ੍ਹਨਾ, ਸੰਧੀ ਕਰਨਾ ਬਹੁਤ ਜ਼ਰੂਰੀ ਆ। ਔਰ ਖੁਦਾ ਦੇ ਕਲਾਮ ਦੇ ਮੁਤਾਬਿਕ ਜਦੋਂ ਅਸੀਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤਾਂ ਮਲੇਸ਼ੀਆ ਦੇ ਅੰਦਰ ਇਹਨਾਂ ਦੇ ਹਸਬੈਂਡ ਦੇ ਵਾਸਤੇ ਪਰਮੇਸ਼ਵਰ ਨੇ ਜਿਹੜਾ ਲਾਅ ਵਾ ਉਹ ਚੇਂਜ ਕਰ ਦਿੱਤਾ, ਉਹਨੇ ਥੋੜੇ ਟਾਈਮ ਦੇ ਵਾਸਤੇ ਪਰ ਪਰਮਿਟ ਦਾ ਖੋਲ ਕਰ ਦੋ ਨਾ ਕਰਨਾ ਮੈਂ ਕਰਦਾ ਹਾਲੇਲੂਇਆ ਹੋ ਗਏ ਹਾਲੇਲੂਇਆ। ਲੇਕਿਨ ਯਾਦ ਰੱਖੋ, ਧਿਆਨ ਦੇਵਾਂਗੇ, ਜਦੋਂ ਉਸ ਬ੍ਰਦਰ ਦਾ ਮਲੇਸ਼ੀਆ ਦੇ ਵਿੱਚ ਵਰਕ ਪਰਮਿਟ ਹੋ ਗਿਆ ਉਸ ਤੋਂ ਬਾਅਦ ਉਹਨੇ ਫੇਰ ਬੰਦ ਕਰ ਦਿੱਤੀ। ਓਪਨ ਕਰ ਦਿੱਤਾ, ਲੇਕਿਨ ਜਿੱਦਾਂ ਇਹਨਾਂ ਦੇ ਹਸਬੈਂਡ ਦਾ ਵਰਕ ਪਰਮਿਟ ਹੋਇਆ ਉਸ ਤੋਂ ਬਾਅਦ ਮਲੇਸ਼ੀਆ ਦੇ ਅੰਦਰ ਫੇਰ ਵਰਕ ਪਰਮਿਟ ਬੰਦ ਹੋ ਗਿਆ। ਪਰਮੇਸ਼ਵਰ ਸਾਡਾ ਵੱਡੇ ਵੱਡੇ ਕੰਮ, ਨਾਮੁਮਕਿਨ ਕੰਮ, ਨਾਮੁਮਕਿਨ ਕੰਮ ਕਰਦਾ ਹੈ। ਪ੍ਰਾਰਥਨਾ ਕਰਨੀ ਬਹੁਤ ਹੀ ਸਾਨੂੰ ਜ਼ਰੂਰੀ ਹੈ, ਪ੍ਰਾਰਥਨਾ ਵਿੱਚ ਬੜੀ ਸ਼ਕਤੀ ਗੁਰਬਾਨੀ ਬਣੀ ਹੈ। ਜਦੋਂ ਨਰਸਿੰਗ ਕਰ ਰਹੀ ਸੀ ਤੇ ਉਹਦੀ ਕੁਛ ਪ੍ਰੋਬਲਮ ਹੋਈ, ਉਹਦੇ ਛੋਟਾ ਜਿਹਾ ਪਾਸੇ ਨੂੰ ਮੈਨੂੰ ਹੋਇਆ, ਡਾਕਟਰ ਨੇ ਬੋਲਿਆ ਆਪਰੇਸ਼ਨ ਕਰਾਓ, ਖਤਮ ਹੋ ਜਾਏਗਾ, ਆਪਰੇਸ਼ਨ ਕਰਾਇਆ ਖਤਮ ਹੋ ਗਿਆ। ਥੋੜੇ ਟਾਈਮ ਤੋਂ ਬਾਅਦ ਛੋਟੀਆਂ ਛੋਟੀਆਂ ਗਿਣਤੀਆਂ ਦੇ ਰੂਪ ਦੇ ਵਿੱਚ ਉਹ ਕੈਂਸਰ 16-17 ਜਿਹੜੇ ਬੋਲੇ ਆ ਉਹਦੀ ਤਰਫ ਡਾਕਟਰ ਫਿਰ ਬੋਲਦਾ ਕੀ ਕਰਾਓ, ਕੀ ਕਰਾਓ? ਪਰਮੇਸ਼ਵਰ ਦੇ ਦਾਸ ਨੂੰ ਇਸ ਗੱਲ ਦੇ ਬਾਰੇ ਜਦੋਂ ਪਤਾ ਲੱਗਾ ਤੇ ਉਸ ਰੱਬ ਦੇ ਦਾਸ ਨੇ ਫਿਰ ਉਸ ਬੇਟੀ ਨੂੰ ਪੁੱਛਿਆ ਪ੍ਰੋਬਲਮ ਕੀ ਆ, ਬੇਟੀ ਨੇ ਦੱਸਿਆ ਕਿ ਮੈਨੂੰ ਆਹ ਪ੍ਰੋਬਲਮ ਆ ਔਰ ਡਾਕਟਰ ਨੇ ਆਪਰੇਸ਼ਨ ਦੱਸਿਆ ਆ, ਆਪਰੇਸ਼ਨ ਮੈਂ ਪਹਿਲਾਂ ਕਰਾ ਵੀ ਲਿਆ ਆ ਲੇਕਿਨ ਦਰਦ ਮੇਰਾ ਖਤਮ ਨਹੀਂ ਹੋਇਆ ਹਾਲੇ ਵੀ। ਲੇਕਿਨ ਉਸ ਤੋਂ ਬਾਅਦ ਜਦੋਂ ਉਹ
ਸਿਸਟਰ ਰੱਬ ਦੇ ਦਾਸ ਨੂੰ ਪ੍ਰਾਰਥਨਾ ਕਰਾਉਣ ਵਾਸਤੇ ਗਈ, ਉਸ ਪ੍ਰਾਰਥਨਾ ਸਭਾ ਦੇ ਵਿੱਚ ਗਈ, ਜਦੋਂ ਸਾਮਰਥੀ ਪ੍ਰਾਰਥਨਾ ਹੋਈ ਔਰ ਪਰਮੇਸ਼ਵਰ ਨੇ ਸਾਮਰਥੀ ਪ੍ਰਾਰਥਨਾ ਦੇ ਦੁਆਰਾ ਉਹ ਬੇਟੀ ਦੀ ਸਾਰੀ ਬਿਮਾਰੀ ਨੂੰ ਖਤਮ ਕਰ ਤੁਹਾਡੀਆਂ ਲਾ ਇਲਾਜ ਬਿਮਾਰੀਆਂ ਯਸੂ ਮਸੀਹ ਦੇ ਸਾਮਰਥੀ ਨਾਮ ਤੇ ਪ੍ਰਾਰਥਨਾ ਦੇ ਦੁਆਰਾ ਉਹ ਖਤਮ ਹੋ ਜਾਣਗੀਆਂ, ਤੁਹਾਡੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ, ਸ਼ੈਤਾਨੀ ਤਾਕਤ ਤੁਹਾਨੂੰ ਸਭ ਛੱਡ ਕੇ ਚਲੀਆਂ ਜਾਣਗੀਆਂ। ਤੁਸੀਂ ਸ਼ੈਤਾਨ ਜਿਹੜਾ ਆ ਉਹ ਬੁੱਕ ਦੇ ਸ਼ੀਸ਼ ਵਾਂਗੂ ਉਹਨਾਂ ਨੂੰ ਲੱਭਦਾ ਆ ਜਿਹੜੇ ਪ੍ਰਾਰਥਨਾ ਦੇਖ ਲਓ ਨਹੀਂ ਪ੍ਰਾਰਥਨਾ ਕਰਨੀ ਤਾਂ ਕੋਈ ਗੱਲ ਨੀ, ਬਚਨ ਸੱਚਾ ਇਸ ਤੇ ਬਸ ਤੁਹਾਡੇ ਬੱਚੇ ਨੂੰ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੇ ਸੁਣ ਜੀ ਪਰਮੇਸ਼ਰ ਨੇ ਪ੍ਰਾਰਥਨਾ ਜਿੰਨੀਆਂ ਵੀ ਕੀਤੀਆਂ ਯਿਸੂ ਮਸੀਹ ਨੇ ਤੇ ਉਹਦੇ ਬਾਪ ਨੇ ਕੀ ਕੀਤੀਆਂ ਸੁਣੀਆਂ, ਤੇ ਅਗਰ ਤੁਸੀਂ ਵੀ ਅੱਜ ਤੋਂ ਪ੍ਰਾਰਥਨਾ ਸ਼ੁਰੂ ਕਰੋਗੇ ਤੇ ਪਰਮੇਸ਼ਰ ਜਦ ਤੱਕ ਤੁਹਾਡੀ ਜ਼ਿੰਦਗੀ ਆ ਪ੍ਰਾਰਥਨਾ ਮੰਗ ਰਿਹਾ ਕਰਿਓ ਉਹ ਪ੍ਰਭੂ ਤੁਹਾਡੀ ਸਦਾ ਸੁਣੇਗਾ, ਸੋ ਨਿਕਲ ਨਾ ਆਮੇਨ। ਇਹ ਕੋਈ ਵੀ ਪ੍ਰੇਰ ਜਿਹੜੀ ਆ ਤੁਹਾਡੀ ਉਹ ਸੰਗੀਤ ਤੇ ਮੇਰਾ ਪਰਮੇਸ਼ਰ ਚ ਗਣ ਨਹੀਂ ਲੜਨਾ ਸੁਆਦਾ ਨਾ ਕਰਦਾ ਪਰਮੇਸ਼ਰ, ਹਾਲੇਲੂਯਾ। ਤੇ ਹੁਣ ਵੀ ਪਰਮੇਸ਼ਰ ਕੀ ਕਰੇਗਾ, ਉਹਦੀ ਸੁਣੇਗਾ, ਯਸੂ ਜੀ ਕਰੇਗਾ ਸੁਣੇਗਾ, ਤੇ ਜੇ ਤੁਸੀਂ ਹੁਣ ਦੁਆ ਕਰੋਗੇ ਕਿ ਤੁਹਾਡੀ ਯਸੂ ਨਹੀਂ ਸੁਣੇਗਾ, ਅਗਰ ਉਹਦਾ ਬਾਪ ਉਹਨੂੰ ਸੁਣਦਾ ਸੀ ਤੇ ਕੀ ਖੁਦਾਵਾ ਤੁਹਾਡੀ ਨਹੀਂ ਸੁਣੇਗਾ, ਜ਼ਰੂਰ ਸੁਣੇਗਾ। ਆਮੀਨ, ਹਾਲੇਲੂਯਾ। ਯਸੂ ਕਬਰ ਚੋਂ, ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਮੇਰੇ ਇਹ ਅਜ਼ੀਜ਼ ਭੈਣ ਭਰਾਵੋ, ਮੇਰੀ ਪਾਕ ਕਲੀਸਿਆ, ਹਾਲੇਲੂਯਾ, ਇਹਨਾਂ ਸੁਸਤੀ ਦੇ ਵਿੱਚੋਂ ਕੀ ਬੜੀ ਆਸ਼ੀਸ਼ ਬੜੀ ਬਰਕਤ, ਤੁਸੀਂ ਸਭ ਤੋਂ ਬੈਸਟ ਸੁਣਦੇ ਹੋ, ਆਓ ਮੱਥਾ ਵੰਦ ਕਰਾਂ।